ਲੈ ਵੀ ਗੜੀ ਵਾਲੇ ਖਲੋ ਖਲੋ ਵਿੰਦੇ ਹੁਣ ਮੁੰਡਿਆਂ ਦਾ ਤੇਲ ਚਵਾ ਕੇ ਨਗਾਉਣ ਲੱਗੇ ਆ ਚਲੋ ਮੈਂ ਜਾ ਰਿਹਾ ਸੀਗਾ ਕਿਰਨ ਦੀਦੀ ਹੁਣ ਲੈਣ ਵਾਸਤੇ ਮੈਂ ਕਿਹਾ ਵੀ ਇੱਥੇ ਵੀ ਆਪਣਾ ਬੈਠੇ ਹੀ ਆ ਇਕੱਲੇ ਘਰੇ ਅੱਜ ਅਤੇ ਭਾਅ ਜੀ ਹੁਣ ਗਏ ਹੋਏ ਨੇ ਕੰਮ 'ਤੇ ਕਿਉਂਕਿ ਅੱਜ ਉੱਧਰ ਪਲਾਟ ਵੱਲ ਨਹੀਂ ਗਏ ਕਿਰਨ ਦੀਦੀ ਅੱਜ ਇੱਧਰ ਹੀ ਆ ਘਰੇ ਹੀ ਆਪਣੇ ਅਤੇ ਮੰਮੀ ਹੋਣਾਂ ਨੇ ਉੱਧਰ ਇਕੱਲੇ ਹੋਣਾ ਅਤੇ ਮੈਂ ਤੁਸੀਂ ਆ ਜਾਓ ਵੀ ਮੰਮੀ ਹੋਣਾਂ ਦੇ ਲੱਗ ਗਏ ਅੱਜ ਆਪਣਾ ਰੁਕ ਜਾਓ ਦਿਨੇ ਦਿਨੇ ਜੇ ਰਾਤ ਰੁਕਣਾ ਰਾਤ ਹੀ ਰੁਕ ਜਾਓ ਅਤੇ ਕਿਉਂਕਿ ਮੈਂ ਜਾਣਾ ਹੈ ਅੰਮ੍ਰਿਤਸਰ ਆਪਾਂ ਨੂੰ ਕੰਮ ਆ ਹੁਣ ਦੀਦੀ ਜੀ ਨੂੰ ਮੈਂ ਲੈਂਦਾ ਨਾਲ ਕਿਉਂਕਿ ਮੈਂ ਰੁਕਿਆ ਨਹੀਂ ਉੱਥੇ ਮੈਂ ਇਸ ਕਰਕੇ ਨਹੀਂ ਰੁਕਿਆ ਵੀ ਉਹ ਮੈਂ ਜਾਣਾ ਕਦੇ ਕੰਮ ਛੇਤੀ ਅਤੇ ਮੈਂ ਹੁਣ ਦੀਦੀ ਹੁਣਾਂ ਨੂੰ ਮੈਂ ਨਾਲ ਲੈ ਚੱਲਦਾ ਹਾਂ ਵੀ ਮੰਮੀ ਹੋਣੀ ਨਾਲੇ ਡੀਕਣ ਡੇ ਨੇ ਛੇਤੀ ਜਾਣਾ ਹੈ ਨਾਲੇ ਰਾਜੂ ਦੇ ਮੈਂ ਮੁੱਕ ਦੀ ਗੱਲ ਪੱਗ ਬੰਨਣੀ ਹੈ ਵੀ ਜਿਹੜਾ ਕੰਮ ਜ਼ਰੂਰੀ ਆ ਉਹਨੇ ਫੇਰਾ ਪਾਉਣ ਵਾਸਤੇ ਜਾਣਾ ਵਾ ਅੱਜ ਅੰਮ੍ਰਿਤਸਰ ਲੈ ਲੈ ਤੂੰ ਕਹਿੰਦੀ ਲੈ ਤੂੰ ਕਹਿੰਦੀ ਨਾ ਆਹ ਰਗੁਣ ਕੇ ਕਰਨ ਦੀ ਆਹ ਕਰਨ ਦੀ ਚੀਂ ਚੈਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਭੂਈ ਨੂੰ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਬੁਲਾਤੀ ਸਤਿ ਸ਼੍ਰੀ ਅਕਾਲ ਬੁਲਾਤੀ ਹਾਂ ਏਦਾਂ ਸਾਰਿਆਂ ਨੇ ਬੁਲਾਈ ਦੀ ਹੈ ਕੋਈ ਵੀ ਆਵੇ ਨਾ ਤੇ ਹੱਥ ਜੋੜੀ ਦੀ ਹੈ ਚੰਗਾ ਸਤਿ ਸ਼੍ਰੀ ਅਕਾਲ ਬੁਲਾਓ ਚਲੋ ਸਤਿ ਸ਼੍ਰੀ ਅਕਾਲ ਬੁਲਾਓ ਹਾਂ ਸ਼ਾਬਾਸ਼ ਆਖੇ ਲੱਗਦਾ ਪੁੱਤ ਆਹ ਕਰਨ ਲਈ ਮੈਡਮ ਸਾਡੀ ਲੈ ਲੈ ਹੈ ਸੰਦੀਪ ਨੂੰ ਘੜੀ ਦਾ ਨਾ ਤਰਨ ਲੱਗਿਆ ਚੇਤਾ ਆਉਂਦਾ ਪਹਿਲਾਂ ਨਹੀਂ ਆਉਂਦਾ ਇਹ ਸੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਆਪਾਂ ਚੱਲੇ ਹਾਂ ਅੰਮ੍ਰਿਤਸਰ ਆਪਣਾ ਲਵਲੀ ਕਰਕੇ ਆਪਾਂ ਸਪੈਸ਼ਲ ਚੱਲੇ ਉਹਨਾਂ ਨੇ ਕਿਹਾ ਸਾਡੇ ਨਾਲ ਚੱਲੋ ਵੀ ਅਤੇ ਉਹਨਾਂ ਨੇ ਫੇਰਾ ਪਾਉਣ ਵਾਸਤੇ ਜਾਣਾ ਫਸਟ ਟਾਈਮ ਅਤੇ ਹੁਣ ਚੱਲੇ ਹਾਂ ਨਾਲ ਉਹਨਾਂ ਦੇ ਅਤੇ ਸੋ ਚਲੋ ਚੱਲੀਏ ਅਤੇ ਅੱਜ ਮੈਚਿੰਗ ਕੀਤੀ ਮਹਾਂ ਆਪਾਂ ਮੈਚਿੰਗ ਕਰ ਲੈਂਦੇ ਹਾਂ ਚਲੋ ਜੀ ਹਰਗੁਣ ਦੀ ਨਾ ਪਾਪਾ ਨਾਲ ਅਤੇ ਨਾ ਮੰਮੀ ਨਾਲ ਮੈਚਿੰਗ ਚਲੋ ਠੀਕ ਹੈ ਆਪਾਂ ਆਉਂਦੇ ਹਾਂ ਫਿਰ ਕਿਰਨ ਦੀਦੀ ਠੀਕ ਹੈ ਚੰਗਾ ਮੰਮੀ ਫਿਰ ਆਉਂਦਾ ਚੰਗਾ ਦੀਦੀ ਚੰਗਾ ਜੀ ਬਾਬੂ ਜੀ ਇਹਨੂੰ ਕੀ ਕਹਿ ਦਿੰਦੇ ਆ ਇਹਨੂੰ ਕਾਂਟੇ ਕਹਿੰਦੇ ਕੀ ਕਹਿੰਦੇ ਮੁੰਡੇ ਵੀ ਨਹੀਂ ਪਤਾ ਵੀ ਕਹਿੰਦੀ ਇਹਦਾ ਮੋਤੀ ਲੱਥ ਗਿਆ ਉਹਦੇ ਗੱਡੀ ਦੇ ਵਿੱਚ ਫਾਈਵ ਕਿੱਕ ਪਈ ਜੋੜਨਾ ਮੋਤੀ ਹੱਥ 'ਚ ਫੜਿਆ ਵੇਖੋ ਸੰਦੀਪ ਕਹਿੰਦੀ ਕੀ ਆ ਲਹਿੰਗੇ ਦਾ ਜਿਹੜਾ ਸਤਾਰੇ 'ਚ ਰੱਥੇ ਆਹੋ ਸਤਾਰੇ ਬਹੁਤ ਲੱਥੇ ਮਾਵਾਂ ਇਹ ਗੱਲ ਸਹੀ ਹੈ ਗੱਡੀ ਚਾਹ ਕੇ ਫਾਈਵ ਕਿੱਕ ਪਈ ਹੈ ਲਵਲੀ ਲਈ ਮੱਥਾ ਟੇਕਣ ਆਪਣੇ ਪਰਿਵਾਰ ਨੂੰ ਰੁਕ ਜਾ ਲੈ ਵੀ ਕੁੜੀ ਮੈਂ ਆ ਗਈ ਏ ਅਜੀ ਏ ਮੈਚਿੰਗ ਪੱਗ ਬੰਨੀ ਹੋਣੀ ਲੈ ਰਾਜੂ ਦੇ ਮੈਂ ਆ ਜਾ ਆ ਜਾ ਆ ਜਾ ਜੈ ਸ਼੍ਰੀ ਅਕਾਲ ਲੈ ਵੀ ਟੋਲ ਆਪਾਂ ਹੁਣ ਪਾਰ ਕਰ ਗਏ ਆ ਵੀ ਤੇ ਮੁੰਡਾ ਸਹੁਰੇ ਚੱਲਿਆ ਪਹਿਲੀ ਵਾਰੀ ਕਹਿੰਦੀ ਪਹਿਲੀ ਵਾਰ ਚੱਲਿਆ ਨਾ ਲੈ ਹੰਗਾਰਾ ਭਰਿਆ ਕਰ ਹਾਂਜੀ ਭਾਜੀ ਮੈਂ ਵੀ ਗਿਆ ਸੀ ਭਰਾ ਜੀ ਹੈਂ ਕੋਈ ਗੱਲ ਨਹੀਂ ਨਵੇਂ ਨਵੇਂ ਨੂੰ ਤਿੰਨ ਵੀ ਪਨੀਰ ਮਿਲਦਾ ਖਾਣ ਨੂੰ ਮੁੜ ਕੇ ਦਾਲ ਮਿਲਦੀ ਸੰਡਿਆ ਸੰਡਿਆ ਚਲੋ ਦਾਲ ਨਹੀਂ ਚਣੇ ਮਿਲਣਗੇ ਉਹ ਵੀ ਮੁੜ ਕੇ ਚਣੇ ਚ ਵੀ ਮਾਰਕ ਲੱਭਿਆ ਕਰੀ ਨਹੀਂ ਇੰਨਾ ਕੁ ਮਖੌਲ ਕਰਨਾ ਬਣਦਾ ਯਾਰ ਕਿ ਨਹੀਂ ਵੀ ਕਹਿ ਇੰਨਾ ਕੁ ਤਾਂ ਰੋਹ ਪਾਟਾ ਮਾਰਨਾ ਬਣਦਾ ਕਿ ਨਹੀਂ ਵੀ ਕਹਿ ਕਹਿ ਅੱਜ ਕਹਿ ਅੱਜ ਵਲੌਗ ਵਿੱਚ ਕਹਾਂਗਾ ਤੇ ਫਿਰ ਸਦਾ ਬਾਹਰ ਪਨੀਰ ਚੱਲਦਾ ਰਹੂਗਾ ਕਿ ਨਹੀਂ ਸੋਚਿਆ ਮੰਮੀ ਨੂੰ ਵੀ ਲੈ ਚੱਲਦੇ ਕਿਉਂਕਿ ਮੰਮੀ ਕਹਿੰਦੇ ਮੈਨੂੰ 1 ਵਜੇ ਨਾਲ ਛੁੱਟੀ ਹੋ ਜਾਣੀ ਆ ਅਤੇ ਜੇ ਤੁਸੀਂ ਆਓਗੇ ਅਤੇ ਲੈ ਜਾਇਓ ਮੈਨੂੰ ਜੇ ਲੇਟ ਆਓਗੇ ਤਾਂ ਫਿਰ ਮੈਂ ਆਪੇ ਆ ਜਾਵਾਂਗੀ ਅਤੇ ਅਸੀਂ ਪਹੁੰਚ ਗਏ ਇੱਥੇ ਟਾਈਮ ਨਾਲ ਹੀ ਕਿਉਂਕਿ 12 ਵਜੇ ਕਿਤੇ 52 ਮਿੰਟ ਹੋ ਗਏ ਨੇ ਅਤੇ ਮੰਮੀ ਨੂੰ ਫੋਨ ਕਰ ਦਿੱਤਾ ਮੰਮੀ ਕਹਿੰਦੇ ਕੋਈ ਗੱਲ ਨਹੀਂ ਮੈਂ ਲੱਗੀ ਹੁਣ ਬਾਅਦ ਛੁੱਟੀ ਮੈਨੂੰ ਅਤੇ ਨਾਲ ਹੀ ਲੈ ਜਾਂਦੇ ਹਾਂ ਅਤੇ ਮੈਂ ਚਲੋ ਲੈ ਚੱਲਦੇ ਮੰਮੀ ਹੁਣ ਇੱਥੇ ਹੀ ਹੁਣ ਆਪਾਂ ਨਾਲ ਹੀ ਹਾਂ ਰਸ਼ ਵੇਖੋ ਕਿਉਂ ਯਾਦ ਆ ਗਈ ਨੀ ਪੁਰਾਣੀ ਯਾਦਾਂ ਤਾਜ਼ੀਆਂ ਹੋ ਗਈ ਇਹ ਗਾਣਾ ਜਿਹੜਾ ਨੀ ਮੋਸਟਲੀ ਜ਼ਿਆਦਾ ਵਿਆਹ ਦੇ ਵੱਜਦਾ ਹੁੰਦਾ ਹੈ ਹੁਣ ਨਹੀਂ ਕੋਈ ਵਜਾਉਂਦਾ ਪਰ ਬੜਾ ਟ੍ਰੈਂਡਿੰਗ 'ਚ ਰਿਹਾ ਵਾਲਾ ਗਾਣਾ ਆਹ ਵੇਖ ਲਓ ਜਿਉਣੇ ਮੂੜ ਵਾਲੀ ਪੱਗ ਬੰਨੇ ਕਿ ਨਹੀਂ ਆਇਆ ਅੱਜ ਭਾਅ ਨੇ ਕਿ ਨਹੀਂ ਮੰਮੀ ਜੀ ਨੂੰ ਲੈ ਲਿਆ ਆਪਾਂ ਨਾਲ ਅਤੇ ਹੁਣ ਚੱਲੀਏ ਚਾਹ ਬਹਿ ਜਾ ਸੰਦੀਪ ਕਹਿਣ ਡੇ ਮੰਮੀ ਹੁਣਾਂ ਨੇ 1 ਵਜੇ ਛੁੱਟੀ ਹੋਣੀ ਤੇ ਮੈਂ ਇਹ ਕਿਹੜੀ ਗੱਲ ਹੈ ਮੈਂ ਇੱਥੋਂ ਨੰਗਲ ਲੱਗਿਆ ਤਾਂ ਮੈਂ ਲੈ ਚੱਲਦੇ ਹਾਂ ਵੀ ਕਿ ਨਹੀਂ
अच्छा अच्छा तुम पहले आने खलोते चलो वादिया गोल्डन गेट पहुंच गए आपा ले पोतो नानी आई नानी नु नहीं मिलना आओ नानी सोने आजा नानी पहुंच गए आपा बस किधर आई हां जी हां जी ले भी गड़ी वाले खलो खलो वेंदे हुन मंडे आ ले भी तेल चवा के नकाउन लगे चलो हां जी ये सुती आई हुन उठी राजू फराज अज ला ही आया कने पहला खावे रोटी हूं आप चले हैं मम्मी जुना वाल लवली होना वालों आप रोटी पानी खा लिया तो चाह मैं हूँ ना जो वापस जाना उदो पीवे मैंने कहते चाह पीजो मैं नहीं चाह हूँ हाले नहीं तो गड्डी आप इतने लगी रह गनी हमें गड्डी साइड ही है मम्मी साइड ही कोई गल नहीं अभी पहुँच गए घर आप बच्चों इदा हों अच्छा अच्छा हम चले हैं वड्डी दीदी होना वाल उधर मैं दस मिनट हो आने भी उधर ही जी भाजी होनी सारे जने उत्थे ही अभी छोटी दीदी होनी नरेंद्र भाजी होनी उधर वड्डी दीदी होने वाली है तो मम्मी होना मैं नाल ही ले जाएंगे तो उन्हें चल लवली होनी जोड़े इधर ही इन्होंने शामी छे बजे नमल के चाले पाने के बटाले हम जा रहे हैं आप वड्डी दीदी वाल तो आ चौंक चाहना जाना जाम लगा ही होंगे जो मर्जी करना है नहीं इतों वेखते हैं शराज वास्ते और एंजल वास्ते ना छोटिया छोटिया टोकरियां वेखते चलो यार दिवाली है छोटी छोटिया लै चलते हैं लगियां तो काफ़ी सारिया वा देखते हैं छोटा सा ही लै लेंगे लै भी दो टोकरियां जड़ियाँ कर लिया ने आ वाला साइज दी अपने बटाले बड़ा रेट इतने भरे भी जायज ही रेट लाया इन्होंने बड़ा वधिया वे लो कुड़ी कमिस्तानी कर दी वेख लो पहुँच गए दीदी होना दी गली दे गड्डी ला दी साइड से फिर मिलते हैं दीदी होना बड़ा खाली खाली लगन अभी गड्डी बाहर है ना हौली 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 बस ठीक है चलो हाँ जी तुम गए नी कमा काजा ते अच्छा अच्छा ठीक आओ सच आओ मैं अपने मंगलवार का भुलेखा पैंदा ही भरावा हैं ताडे आहो सोमवार बत्ती बंद होंदी सही गल सत श्रीकाल होर तुम सुनाओ ठीक ठाक सत श्रीकाल की हाल जी शाह जी ठीक जे जोड़ो जोड़ो कपड़े अपने भी पे आ मैं अपने भी पे सुखना करो कृपा वेला ताने मार दे श्रीको मैं खुशी हुई लावे अपनी चीज तेरी है थैंक यू बॉय ओ किथे नु बुला ली पसंद करन दिया मैं आ लेनी मोल लेनी ए भी वेला बचपन ने अलग ही चीज है वेला कि नहीं ओ मैं लेनी मैं ओ लेनी राती पता नहीं की पा लिया कहंदा मेनू दसो आ ज्यादा आ ज्यादा मैं लिखना
मासी तेरी ने बोलना नहीं लंडे दो जने क्या मेनू चीज चाहिए क्या मेनू चाहिए भाजी आ गए चाह पीवा हम आप चटनी का रंग वेखो क्या जबरदस्त बड़ा गूढ़ा है यार सो हम आप वड्डी दीदी होना वाल तो आ गए हैं भी तो हूँ चले हाँ लवली होना वाल उन्होंने फोन आ गए बड़े कहते चाह हाँ ठंडी हो चली है कदों आना जे मैं बस आ गए मैं हूँ चर रिनी जाओ चाह तो हस पे हो गाड़ियों ना मम्मी हूँ उधर उतार देंगे ना घर मोबाइल चेता भुला लिया मैं मोबाइल नहीं करना अजय बेचारा कहंदा कित्थे चले मम्मी तेरी मानती है तो वेख ला अं लै जाने क्या मम्मी मानती अं लै जाने सही गल है ना ना वीर ये काम नहीं करना चलो फिर कि मजे दुद्ध पीन डी सोने सुखना ना सा समान जरा रख दे रख दो मगर वेख ली बूंदी वापस ना लिया कि मैं वेखन डे हाँ मैं कह दिया मैं सुखन वीर बूंदी अपना वापस ना लिया मैं वेखन डे हाँ जी ए कोई ज्यादा नहीं टिचना कर दी ज्यादा कर दी सही गल गोल्डन गेट पहली बारी जाम वेख्या मैं लगता गाड़ी चेकिंग हो रही है गुड़िया की जी बोतल है वह तो रह गई है अमृतसर उ रह गई चलो कोई गल नहीं आना है आंटी होना ने लवली ने लैन वास्ते तो उदन फिर ले आवे गुड़िया की मैं बोतल लै ली हूँ फिर वो तो गुआच गई उत्थे रह गई हूँ वो दो तीन दिन लग जाने अजय दादा दादा कांडी दादा कथे किरण दीदी हूँ चल गए उतर ने सारी ने कार दादा दादा कर लग पी ओदा भाई चेता ना आया दादे का कद एक बारी भी दो तीन दिन हो गए ना लगातार आप रेडी हो रहे हैं तो रीलां जड़ियाँ ने काफ़ी सारिया बनाई काफ़ी स्टॉक जो आप इकट्ठा कर लिया कहीं संदीप अज भी हमने पांच छे बनाई तो अगे भी एक दिन बनाई पांच छे तो उदो अगे भी पांच छे अपना पांच छे बनाई है झा कंडी है झा कंडी मम्मी डे इन्हू की कहते भांडे वाला की रैक भांडे वाला स्टैंड ही और कि मम्मी वो डे साफ कर बाकी सफाई जड़ी नहीं कल करा गे सारे खाने खुने कर लेंगे बाकी घर की सफाई जड़ी मैं कल साफ करा गे क्योंकि वो पखे जड़े अपनी ड्यूटी है पखे पुखे जड़े मैं ही साफ करने सारे इन्हें घुमाने नहीं है इंग्लैंड का बड़ा माड़ा हाल है इंग्लैंड थले रह गया बस ओ भी हो गया बाहर मेरे जुगा बस एह रहा जगाड़मेंट टोकरी करती वेली चॉकलेट हर गुंदियाँ आ कुरकरे की मत्थे वाली जी आप खा लेंगे आ कुरकरे
हाँ कुरकरे लगा ही खाने तुम्हें पता ही है तो ये बहुत ज़्यादा मिर्च लगी मैं भाई रबड़ चढ़ के रख देते हाँ वह मिर्च जड़ी ने वो अत दी सी मैं क्या भी ये वंड दी कहीं सो हूँ हो गई अपनी सौन दिन तैयारियां जो अज का ब्लॉग वधिया लगा लाइक एंड शेयर जरूर करो तो चैनल में ओहो मेरा ज़्यादा ही हो गया सो चैनल में सारे जने कर दौ सबसक्राइब मिलते हैं कल नवी वीडियो के नाल तब तक लिए बाय बाय सत श्रीकाल सारे उठ खलोती चल उठ खलोती।